ਮਤਲਬ ਕਿ ਇਹ ਕਹਿਣ ਅੱਜ ਵੇਖੋ ਤੁਸੀਂ 500-700 ਦੀ ਦਾਰੂ ਪੀ ਲੋਗੇ, 15-20 ਦਿਨ ਰਹਿ ਗਏ ਨੇ ਦਾਰੂ ਤੋਂ, ਤੁਹਾਨੂੰ ਬੇਘਰ ਗੰਦੀ ਪੈਣੀ, ਉਹਨਾਂ ਨੇ ਕੋਈ 1000 ਵਾਲੀ ਬੋਤਲ ਨਹੀਂ ਪਿਆਉਣੀ, ਵੱਧ ਤੌਰ 500-700 ਰੁਪਇਆ ਲੈ ਲੋਗੇ ਨਹੀਂ ਜੀ, ਕਈਆਂ ਬੰਦੇ ਤੁਹਾਡੀ ਨੀ ਗੱਲ ਕਰਦਾ, 500-700 ਦੀ 1000 ਦੀ ਸ਼ਰਾਬ ਪੀ ਲੋਗੇ, 500-700 ਰੁਪਇਆ ਲੈ ਲੋ, ਕੁੱਲ ਮਿਲਾ ਕੇ 2000 ਰੁਪਇਆ ਲੈ ਲੋਗੇ, ਤੁਸੀਂ ਵੋਟ ਪਾ ਦਿਓਗੇ 5 ਸਾਲ, ਫਿਰ ਤੁਸੀਂ ਛਿੱਤਰ ਖਾਓ, ਤੁਹਾਡੀ 5 ਸਾਲ ਕੋਈ ਨੀ ਗੱਲ ਹੋਣੀ। ਜੇ ਬੰਦੇ ਨੂੰ ਤੁਸੀਂ ਸਰਪੰਚ ਨੂੰ ਕਹੋਗੇ ਸਾਨੂੰ ਮੋਹਰ ਲਾ ਕੇ ਦਿਓ, ਜੇ ਤਾਂ ਸਹੀ ਹੋਇਆ ਮੂਹਰ ਚ ਹੋਇਆ, ਉਹ ਕਹੇਗਾ ਯਾਰ ਤੁਸੀਂ ਪੈਸੇ ਨੀ ਲਿਆ, ਤੁਸੀਂ ਦਾਰੂ ਨੀ ਪੀਤੀ, ਜੇ ਗੁੱਸੇ ਚ ਹੋਇਆ ਤਾਂ ਉਹਨੇ ਕਹਿ ਦੇਣਾ ਯਾਰ ਤੁਸੀਂ ਮੂਤਰ ਨੀ ਪੀਤਾ, ਬੰਦੇ ਕਹਿ ਦਿੰਦੇ ਨੇ। ਅੱਜ ਤੁਸੀਂ ਪੈਸੇ ਨਾ ਲਓ, ਤੁਸੀਂ ਦਾਰੂ ਨਾ, ਨਸ਼ਾ ਨਾ ਖਾਓ, 100 ਬੰਦੇ ਸਰਪੰਚ ਖੜਾ ਬਾਂਹ ਤੋਂ ਫੜ ਕੇ ਕਹਿ ਦੋ ਕਿ ਸਾਡਾ ਕੰਮ ਕਿਉਂ ਨੀ ਕਰਦਾ, ਅਸੀਂ ਪੈਸੇ ਨੀ ਲਏ, ਅਸੀਂ ਨਸ਼ਾ ਨੀ ਲਿਆ, ਪਰ ਸਾਡੇ ਚ ਕਮੀਆਂ ਨੇ, ਉਹ ਸਾਨੂੰ ਸਿਰਫ 10 ਦਿਨ ਪਿਆ ਕੇ 5 ਸਾਲ ਸਾਡਾ ਕੰਮ ਨੀ ਕਰਦੇ, ਨਾ ਸਾਡੀ ਉਹ ਗੱਲ ਸੁਣਦੇ ਨੇ। ਫਿਰ ਸਾਡੇ, ਮੈਨੂੰ ਇਹ ਦੱਸੋ, ਕਈ ਵੀਡੀਓ ਵੇਖੀਆਂ ਨੇ ਮੈਂ, ਇੱਕ ਕਹਿੰਦਾ ਮੈਂ 20 ਲੱਖ ਦਿੰਦਾ, ਇੱਕ ਕਹਿੰਦਾ ਮੈਂ 30 ਲੱਖ ਦਿੰਦਾ, ਮੈਨੂੰ ਇਹ ਦੱਸੋ ਜੇ ਪਿੰਡ ਚ ਬੰਦਾ ਰਹਿ ਕੇ ਚੰਗੇ ਕੰਮ ਕਰੇ, ਇੱਕ ਵਾਰੀ ਸਰਪੰਚ ਬਣਿਆ, ਇਹੋ ਜਿਹਾ ਕੰਮ ਕਰੇ, ਦੁਬਾਰਾ ਪਿੰਡ ਖੁਦ ਜਾ ਕੇ ਉਹਦੇ ਗੱਲ ਚ ਹਾਰ ਪਾਵੇ ਵੀ ਅਗਲੀ ਵਾਰੀ ਤੂੰ ਸਰਪੰਚ, ਉਹੀ ਬੰਦੇ ਨੂੰ ਦੁਬਾਰਾ 20 ਲੱਖ ਕਿਉਂ? ਜਿਹਨੇ 20 ਲੱਖ ਦੇ ਕੇ ਸਰਪੰਚ ਬਣ ਗਿਆ ਤਾਂ ਤੁਹਾਡੇ ਬੱਚੇ ਵੇਚਣ ਤੱਕ ਜਾਏਗਾ, ਉਹਨੇ 20 ਕਰੋੜ ਰੁਪਇਆ ਕਮਾਈ ਕਰਨੀ। ਪਰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਭਰਾ ਜੀ, 5-7 ਦਿਨ ਦਾ ਨਸ਼ਾ ਨਾ ਖਾਓ, ਕੋਈ 500-700 ਰੁਪਇਆ ਨਾ ਲਵੋ, ਇਹ ਤੁਸੀਂ ਸੋਚੋ ਵੀ ਅਸੀਂ ਜਿਹੜਾ ਪਿੰਡ ਦਾ ਸਰਪੰਚ ਬਣਾਉਣਾ, ਨਾ ਨਸ਼ਾ ਵੇਚਣ ਦੇਵੇ, ਨਾ ਵੇਚਣ ਵਾਲੇ ਪਿੰਡ ਚ ਵਰਨ ਦੇਵੇ, ਤਾਂ ਨਾ ਉਹ ਖਾਣ ਦੇਵੇ। ਤਾਂ ਇਹੀ ਪਹਿਲੀ ਗੱਲ, ਕਈਆਂ ਪਿੰਡਾਂ ਚ ਸੋਚ ਹੀ ਹੁੰਦੀ ਅਸੀਂ ਖਾਣ ਪੀਣ ਵਾਲਾ ਸਰਪੰਚ ਬਣਾ ਦਿੰਦੇ, 4 ਦਿਨ ਖਵਾਉਂਦਾ ਫਿਰ ਤੁਹਾਡੇ ਕੋਲ 5 ਸਾਲ ਖਾਂਦਾ।